ਕੇ
ਵੱਖ ਵੱਖ ਕਾਲਜਾਂ ਤੋਂ ਆਏ ਪ੍ਰਿੰਸੀਪਲ ਸਾਹਿਬਾਨ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਸਾਡੇ ਦਰਮਿਆਨ ਮੈਡਮ ਕੁਸੁਮ, ਸਰਕਾਰੀ ਵਿਕਰਮ ਕਾਲਜ ਦੇ ਪ੍ਰਿੰਸੀਪਲ, ਮੈਂ ਬੇਨਤੀ ਕਰਾਂਗੀ ਪ੍ਰੋਫੈਸਰ ਰਣਜੀਤ ਕੌਰ ਜੀ ਨੂੰ ਕਿ ਉਹ ਮੰਚ ਤੇ ਆਉਣ। ਸਵਾਗਤ ਕਰਦੇ ਹਾਂ ਡਾਕਟਰ ਇੱਕ ਸਾਰੇ ਇਕੱਠੇ ਇੱਕ ਮਿੰਟ ਸਾਰੇ ਇਕੱਠੇ ਕਰ ਲਈਏ ਸਰ, ਆਜੋ ਮੈਡਮ ਸਾਰੇ ਹਾਂਜੀ ਮੈਡਮ ਸਾਰੇ ਆਜੋ ਪ੍ਰੋਫੈਸਰ ਸਾਹਿਬਾਨ, ਪੀਟੀਏ ਅਤੇ ਐਚਈਆਈਐਸ ਦੇ ਮੈਂਬਰ ਸਾਹਿਬਾਨ, ਪੱਤਰਕਾਰ, ਹੋਰ ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਦਾ ਵੀ ਮੈਂ ਬਹੁਤ ਸਵਾਗਤ ਕਰਦੀ ਹਾਂ। ਸਾਡੇ ਅੱਜ ਦੇ ਮੁੱਖ ਮਹਿਮਾਨ ਮਾਣਯੋਗ ਪ੍ਰੋਫੈਸਰ ਡਾਕਟਰ ਅਸ਼ਵਨੀ ਭੱਲਾ ਕੁਮਾਰ ਜੀ, ਉਚੇਰੀ ਸਿੱਖਿਆ ਵਿਭਾਗ ਪੰਜਾਬ ਵਿਖੇ ਡਿਪਟੀ ਡਾਇਰੈਕਟਰ ਦੇ ਅਹੁਦੇ 'ਤੇ ਵਿਰਾਜਮਾਨ ਹਨ। ਡਾਕਟਰ ਭੱਲਾ ਜੀ ਨੇ ਆਪਣੀ ਮੁੱਢਲੀ ਪੜ੍ਹਾਈ ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਪੂਰੀ ਕੀਤੀ। ਉਹਨਾਂ ਆਪਣੀ ਬੀ ਕੌਮ ਦੀ ਡਿਗਰੀ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਹਾਸਿਲ ਕੀਤੀ। ਇਸ ਉਪਰੰਤ ਐੱਮ ਕੌਮ ਦੀ ਡਿਗਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਫਸਟ ਕਲਾਸ ਫਸਟ ਰੈਂਕ ਪੂਰੀ ਕੀਤੀ। ਆਪ ਜੀ ਨੇ ਕਮਲ ਓਪੀਆ ਕਾਲਜ ਲੁਧਿਆਣਾ ਤੋਂ ਆਪਣਾ ਅਧਿਆਪਨ ਕਾਰਜ ਸ਼ੁਰੂ ਕੀਤਾ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਨਿਯੁਕਤ ਹੋਣ 'ਤੇ ਆਪ ਜੀ ਨੇ ਬਜਿੰਦਰਾ ਕਾਲਜ ਫਰੀਦਕੋਟ ਵਿਖੇ ਪੜ੍ਹਾਇਆ, ਫਿਰ ਐੱਸ ਡੀ ਕਾਲਜ ਲੁਧਿਆਣਾ ਵਿਖੇ ਲਗਾਤਾਰ 2021 ਤੱਕ ਸੇਵਾਵਾਂ ਨਿਭਾਈਆਂ। ਇੱਥੇ ਆਪ ਜੀ ਨੂੰ ਪ੍ਰੋਫੈਸਰ ਦੀ ਉਪਾਧੀ ਹਾਸਿਲ ਹੋਈ। ਆਪ ਜੀ ਨੇ ਅਕਤੂਬਰ 2021 ਤੋਂ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਵਿਖੇ ਡਿਪਟੀ ਡਾਇਰੈਕਟਰ ਵਜੋਂ ਕਾਰਜਸ਼ੀਲ ਹਨ। ਇਸ ਅਹੁਦੇ 'ਤੇ ਰਹਿੰਦਿਆਂ ਵੀ ਆਪ ਜੀ ਨੇ ਕਈ ਸ਼ਾਖਾਵਾਂ ਵਿੱਚ ਕੰਮ ਕੀਤਾ ਹੈ। ਆਪ ਜੀ ਨੇ 9 ਪੁਸਤਕਾਂ ਸਮੇਤ ਲਗਭਗ 35 ਖੋਜ ਪੱਤਰ ਪ੍ਰਕਾਸ਼ਿਤ ਕਰਵਾਏ। ਡਾਕਟਰ ਭੱਲਾ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਕਮਰਸ ਵਿਭਾਗਾਂ ਨਾਲ ਸੰਬੰਧਿਤ ਅਨੇਕਾਂ ਅਹਿਮ ਰੁਤਬਿਆਂ 'ਤੇ ਵੀ ਕਾਰਜ ਕਰ ਰਹੇ ਹਨ। ਉਚੇਰੀ ਸਿੱਖਿਆ ਦੇ ਰੂਸਾ, ਏਕ ਭਾਰਤ ਸ੍ਰੇਸ਼ਟ ਭਾਰਤ ਆਦਿ ਦੇ ਮੁੱਖ ਅਧਿਕਾਰੀ ਵਜੋਂ ਵੀ ਕਾਰਜਸ਼ੀਲ ਹਨ। ਆਪ ਜੀ ਕਮਰਸ ਅਤੇ ਮੈਨੇਜਮੈਂਟ ਵਿਸ਼ੇ ਨਾਲ ਜੁੜੀਆਂ ਅਨੇਕਾਂ ਸੰਸਥਾਵਾਂ ਦੇ ਮੈਂਬਰ
ਅਤੇ ਮੁੱਖ ਅਧਿਕਾਰੀ ਵਜੋਂ ਸੇਵਾ ਨਿਭਾ ਰਹੇ ਹਨ। ਅਕਾਦਮਿਕ ਖੇਤਰ ਵਿੱਚ ਮੱਲਾ ਮਾਰਨ ਵਾਲੇ ਦ੍ਰਿੜ ਸੰਕਲਪੀ ਕੁਸ਼ਲ ਪ੍ਰਸ਼ਾਸਕ ਅਤੇ ਮਾਰਗਦਰਸ਼ਕ ਡਾਕਟਰ ਅਸ਼ਵਨੀ ਭੱਲਾ ਜੀ ਦੇ ਅਸੀਂ ਬਹੁਤ ਰਿਣੀ ਹਾਂ ਕਿ ਆਪ ਜੀ ਨੇ ਆਪਣੇ ਅਤਿ ਉਝੇਰਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸਾਨੂੰ ਨਿਭਾਜਿਆ ਹੈ। ਆਪ ਜੀ ਦੀ ਆਮਦ ਨਾਲ ਸਾਡੀਆਂ ਵਿਦਿਆਰਥੀਆਂ ਨੂੰ ਬਹੁਤ ਪ੍ਰੇਰਨਾ ਮਿਲੇਗੀ ਅਤੇ ਆਪ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਕੇ ਸਾਡੀਆਂ ਵਿਦਿਆਰਥੀਆਂ ਜੀਵਨ ਵਿੱਚ ਹੋਰ ਤਰੱਕੀ ਕਰਨਗੀਆਂ। ਮੈਂ ਆਪ ਜੀ ਅਤੇ ਹੋਰ ਬਚਪਨ ਦੇ ਸੱਜਣਾਂ ਨੂੰ ਲੈ ਕੇ ਆਉਣ ਦੀ ਇੱਕ ਵਾਰ ਫਿਰ ਜੀ ਆਇਆਂ ਨੂੰ ਆਖਦੀ ਹਾਂ। ਕਾਲਜ ਰਿਪੋਰਟ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਕਾਲਜ ਦੇ ਪਿਛੋਕੜ ਬਾਰੇ ਦੱਸਣਾ ਚਾਹਾਂਗੀ। ਸਰਕਾਰੀ ਕਾਲਜ ਲੜਕੀਆਂ ਪਟਿਆਲਾ ਉੱਤਰੀ ਭਾਰਤ ਦੀ ਇੱਕ ਨਾਮਵਰ ਸੰਸਥਾ ਹੈ। ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ 2024 ਵਿੱਚ ਰਾਸ਼ਟਰੀ ਸੰਸਥਾ ਨੈਪ ਵੱਲੋਂ ਬੀ ਪਲੱਸ ਪਲੱਸ ਗ੍ਰੇਡ ਹਾਸਲ ਕਰਨ ਵਾਲੀ ਇਹ ਸੰਸਥਾ 2024 ਵਿੱਚ ਆਪਣੇ 81 ਵਰ੍ਹਿਆਂ ਦਾ ਸ਼ਾਨਦਾਰ ਸਫ਼ਰ ਕਾਮਯਾਬੀ ਦੀ ਬੁਲੰਦੀਆਂ ਨੂੰ ਛੂਹਦੇ ਹੋਏ ਅੰਗਰੇਜ਼ੀ ਹਿੰਦੀ ਮਨੁਸ਼ਾਸਤਰ ਫਿਲੋਸਫੀ ਅਤੇ
economics Vishwa Bhutta, honors Rahul Gulati. NGIS ਅਤੇ ਕਾਲਜ ਵਿੱਚ BCA ਅਤੇ PGDCA ਦੀ ਸ਼ੁਰੂ ਕੀਤੀ ਗਈ। ਸਟਾਫ ਮੌਜੂਦਾ ਸੈਸ਼ਨ ਵਿੱਚ ਕਾਲਜ ਵਿੱਚ ਕਈ ਰੈਗੂਲਰ ਅਧਿਆਪਕ, ਇੱਕ ਕੋਂਟਰੈਕਚੁਅਲ ਅਤੇ 10 ਪਾਰਟ ਟਾਈਮ ਅਧਿਆਪਕ ਹਨ। ਇਸ ਤੋਂ ਇਲਾਵਾ 22 ਅਧਿਆਪਕ ਗੈਸਟ ਫੈਕਲਟੀ ਵੱਲੋਂ ਅਤੇ 7 ਕੋਂਟਰੈਕਟ ਬੇਸਿਸ ਤੇ ਸੈਲਫ ਫਾਈਨਾਂਸ ਕੋਰਸਿਸ ਦੇ ਅਧੀਨ ਪੜ੍ਹਾ ਰਹੇ ਹਨ। ਇਸ ਸੈਸ਼ਨ ਦੌਰਾਨ ਡਾਕਟਰ ਸੀਮਾ ਮੰਜਲਦਾ, ਐਸੋਸੀਏਟ ਪ੍ਰੋਫੈਸਰ ਮੈਥਸ, ਡਾਕਟਰ ਪ੍ਰੀਤਿੰਦਰ ਕੌਰ, ਐਸੋਸੀਏਟ ਪ੍ਰੋਫੈਸਰ ਸੰਗੀਤ ਗਾਪਾਦਨ ਅਤੇ ਸ਼੍ਰੀਮਤੀ ਬਲਜਿੰਦਰ ਕੌਰ, ਲਾਈਬ੍ਰੇਰੀਅਨ ਭਾਰ ਮੁਕਤ ਹੋਏ। ਪ੍ਰਬੰਧਕੀ ਅਮਲਾ ਕਾਲਜ ਦੇ ਦਫ਼ਤਰ ਦੇ ਪ੍ਰਬੰਧਕੀ ਅਮਲੇ ਵਿੱਚ 12 ਦਰਜਾ 3 ਅਤੇ 12 ਦਰਜਾ 4 ਕਰਮਚਾਰੀ ਹਨ। ਇਸ ਸੈਸ਼ਨ ਦੌਰਾਨ ਸ਼੍ਰੀ ਵੀਰ ਭਾਨ ਲਾਈਬ੍ਰੇਰੀ ਅਟੈਂਡੈਂਟ ਸੇਵਾ ਤੋਂ ਭਾਰ ਮੁਕਤ ਹੋਏ। ਅਕਾਦਮਿਕ ਪ੍ਰਾਪਤੀਆਂ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦੇ ਨਾਲ ਨਾਲ ਯੂਨੀਵਰਸਿਟੀ ਪੱਧਰ 'ਤੇ ਵੀ ਖੂਬ ਮੱਲਾਂ ਮਾਰੀਆਂ ਹਨ ਅਤੇ ਅੱਜ ਉਹਨਾਂ ਨੂੰ ਹੀ ਇਸ ਸਮਾਗਮ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ। ਵਿਭਾਗੀ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਸਮੇਂ ਸਮੇਂ ਸਿਰ ਸਹਿਮਿਲ ਦੇ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਸੰਗੀਤ ਵਾਦਨ, ਸੰਗੀਤ ਗਾਇਨ, ਡਾਂਸ ਅਤੇ ਫਾਈਨ ਆਰਟਸ ਵਿਭਾਗਾਂ ਵੱਲੋਂ ਟੈਲੈਂਟ ਹੰਟ ਮੁਕਾਬਲੇ ਅਤੇ ਵੈਲਿਊ ਐਡਿਡ ਕੋਰਸਿਸ ਕਰਵਾਏ ਗਏ। ਸੰਗੀਤ ਵਾਦਨ ਵਿਭਾਗ ਦੀ BA ਭਾਗ ਗੁਰਜਾ ਦੀ ਵਿਦਿਆਰਥਣ ਬਬੀਤਾ ਨੇ ਨੌਨ ਪ੍ਰੋਫੈਸ਼ਨ ਸਿਤਾਰ ਵਿੱਚ ਭਾਗ ਲੈ ਕੇ 3 ਸਥਾਨ ਹਾਸਿਲ ਕੀਤਾ। ਡਾਂਸ ਵਿਭਾਗ ਦੀ ਵਿਦਿਆਰਥਣ ਤਨੁਸ਼ ਸ਼ਰਮਾ ਨੇ ਜ਼ੋਨਲ ਅਤੇ ਇੰਟਰ ਜ਼ੋਨਲ ਯੂਰਪ ਮੇਲਾ ਵਿੱਚ ਕਲਾਸੀਕਲ ਡਾਂਸ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਮਾਈਨ ਵਿੱਚ ਕਾਲਜ ਨੇ ਜ਼ੋਨਲ ਪੱਧਰ 'ਤੇ ਪਹਿਲਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਨੇ ਕੋਲਾਜ ਵਿੱਚ ਪਹਿਲਾ ਸਥਾਨ, ਔਨ ਸਪੋਟ ਪੇਂਟਿੰਗ ਕਰੋ।
ਮੁਬਾਰਕਬਾਦ ਦਿੰਦੇ ਹੋਏ ਇਹ ਦੱਸਣਾ ਚਾਹਾਂਗੀ ਕਿ ਤੁਹਾਡੀਆਂ ਪ੍ਰਾਪਤੀਆਂ ਨਾਲ ਕਾਲਜ ਦਾ ਨਾਮ ਰੋਸ਼ਨ ਹੋਇਆ ਹੈ, ਅਧਿਆਪਕਾਂ ਦਾ ਮਾਣ ਵਧਿਆ ਹੈ ਅਤੇ ਨਾਲ ਹੀ ਤੁਸੀਂ ਸਹਿਪਾਠੀਆਂ ਵਾਸਤੇ ਪ੍ਰੇਰਣਾ ਦਾ ਸਰੋਤ ਵੀ ਬਣੇ। ਤੁਸੀਂ ਇਸ ਉਦਮ ਨੂੰ ਕਾਇਮ ਰੱਖਣਾ ਤੇ ਅੱਗੇ ਤੋਂ ਅੱਗੇ ਹੋਰ ਪ੍ਰਾਪਤੀਆਂ ਕਰਦੇ ਰਹਿਣਾ। ਹੁਣ ਸਭ ਤੋਂ ਪਹਿਲਾਂ ਐਵੇਂ ਮਿਊਜ਼ਿਕ ਵੋਕਲ ਦੇ ਵਿਦਿਆਰਥੀ ਨੂੰ ਬੁਲਾ ਰਹੀ ਹਾਂ, ਨਵੀਨ ਕੌਰ। ਇਸਨੇ 80% ਅੰਕ ਹਾਸਿਲ ਕਰਕੇ ਦੋਵੇਂ ਥਾਵਾਂ ਦਾ ਖਿਤਾਬ ਕੀਤਾ। ਸ਼ੁਰੂ ਕੌਰ, ਇਸਨੇ 76.2% ਅੰਕ ਹਾਸਿਲ ਕਰਕੇ ਰੋਲ ਆਫ ਆਨਰ ਹਾਸਿਲ ਕੀਤਾ ਹੈ। ਐਮ ਏ ਡਾਂਸ, ਰਸ਼ਮੀ ਬਾਲਾ, 97.5%। ਪਰਮਜੀਤ ਕੌਰ, 81.9%। ਇਸ ਤੋਂ ਬਾਅਦ ਬੀ ਏ ਦੇ ਵਿਦਿਆਰਥੀਆਂ ਦੇ ਨਾਮ ਬੋਲਣ ਜਾ ਰਹੀ ਹਾਂ। ਖਿਆਤੀ ਸ਼ਰਮਾ, 86%। ਸੈਵਨਟੀ ਸਿਕਸ
75.9. Isha 74.4. Sami 75. Ramila, BSc non medical भी विद्यार्थी है, इसने 82.9% मार्क्स हासिल किए हैं। Veena, BSc non medical 82.9. Devinder Sharma, इसके बाद बीएससी मेडिकल में मिल जाए ना मानसिक कौर 80.1 77.2 BSc Honors Biotechnology, Puneet Kaur, 82.5. BCA, BCA jo Simran Kaur, isne 78.2% marks hasil kiye. Gurbinder Kaur
ਆਲਸੋ ਇਨ ਕਾਮਨਸ ਰਾਜਵੀਰ ਕੌਰ 75.7 ਕਾਲਜ ਸਮੇਂ ਹਾਸਿਲ ਕਰਨ ਵਾਲੇ ਬੱਚਿਆਂ ਦੇ ਨਾਮ ਬੋਲ ਰਹੀ ਹਾਂ ਜਿਨ੍ਹਾਂ ਨੇ 70% ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਐਮ ਏ ਡਾਂਸ ਤੋਂ ਮੇਘਾ ਸੋਏ 70.6 ਫਾਈਨਲ ਈਅਰ ਇੱਕ ਮਿੰਟ ਰਹੇ ਸਾਹਮਣੇ ਦੀ ਲਿਸਟ ਅੱਗੇ ਹੈ। ਉਮਰ ਜਿੰਦਰ 74.6 ਰਮਨਦੀਪ ਕੌਰ 74.4 ਪਰਸੈਂਟ, ਸੰਜਨਾ ਕੌਰ 74 ਪਰਸੈਂਟ, ਪ੍ਰਮੀਤ ਕੌਰ 73.8, ਹਮੀਤ ਕੌਰ 73.8, ਹੈਲੋ ਹਾਂਜੀ 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 73.2 ਇਹ ਕਾਰ 'ਤੇ ਐਡਰੈਸ ਪੜ੍ਹੋ ਪਹਿਲਾਂ। ਹਾਂਜੀ ਕਾਰਡ ਹੈ ਤੁਹਾਡੇ ਕੋਲ? ਕਾਰਡ ਹੈ, ਐਡਰੈਸ ਪੜ੍ਹੋ ਐਡਰੈਸ। ਗੁਰਮੀਤ ਕੌਰ ਹਾਸਿਲ ਕੀਤੇ ਹਨ 74।
4.6%. ਹੈਲੋ 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 ਸ਼ਰਮਾ
ਪਿਛਲੇ ਭਾਗ ਦੂਜਾ ਦੇ ਵਿਦਿਆਰਥਣ ਜਿਸਨੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸਿਮਰਨ ਜੋਤ ਕੌਰ। ਦੂਜਾ ਸਥਾਨ ਹਾਸਲ ਕੀਤਾ ਮਨਪ੍ਰੀਤ ਕੌਰ। ਬੀਏ ਭਾਗ ਪਹਿਲਾ ਦੀ ਵਿਦਿਆਰਥਣ ਦੀਪਿਕਾ ਜਿਸਨੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਾਕਸ਼ੀ ਜਿਸਨੇ ਕਾਲਜ ਵਿੱਚ ਦੂਜਾ ਸਥਾਨ ਹਾਸਲ ਕੀਤਾ। ਬੀਐਸਸੀ ਨੌਨ ਮੈਡੀਕਲ ਦੀਆਂ ਵਿਦਿਆਰਥਣਾਂ ਬੀਐਸਸੀ ਨੌਨ ਮੈਡੀਕਲ ਭਾਗ ਤੀਜਾ ਦੀ ਵਿਦਿਆਰਥਣ ਪ੍ਰੋਮਿਲਾ ਜਿਸਨੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਬੀਐਸਸੀ ਨੌਨ ਮੈਡੀਕਲ ਭਾਗ ਦੂਜਾ ਦੀ ਵਿਦਿਆਰਥਣ ਰਾਜਵੰਸ਼ ਸ਼ਰਮਾ ਜਿਸਨੇ ਕਾਲਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸ਼ਿਲਪਾ ਦੇਵੀ ਜਿਸਨੇ ਦੂਜਾ ਸਥਾਨ ਹਾਸਲ ਕੀਤਾ। ਬੀਐਸਸੀ ਨੌਨ ਮੈਡੀਕਲ ਭਾਗ ਪਹਿਲਾ ਦੀ ਵਿਦਿਆਰਥਣ ਕਰਮਪ੍ਰੀਤ ਕੌਰ ਪਹਿਲਾ ਸਥਾਨ ਕਾਲਜ ਵਿੱਚ ਹਾਸਲ ਕੀਤਾ। ਕਨਿਕਾ ਚੌਹਾਨ ਦੂਜਾ ਸਥਾਨ ਹਾਸਲ ਕੀਤਾ। ਬੀਐਸਸੀ ਮੈਡੀਕਲ ਦੇ ਵਿਦਿਆਰਥਣ ਭਾਗ ਤੀਜਾ ਮਨਪ੍ਰੀਤ ਕੌਰ ਪਹਿਲਾ ਸਥਾਨ। ਬੀਐਸਸੀ ਮੈਡੀਕਲ ਭਾਗ ਦੂਜਾ ਦੇ ਵਿਦਿਆਰਥਣ ਹਰਵਿੰਦਰ ਕੌਰ ਪਹਿਲਾ ਸਥਾਨ। ਕੋਮਲਪ੍ਰੀਤ ਕੌਰ ਦੂਜਾ ਸਥਾਨ। ਕੋਮਲਪ੍ਰੀਤ ਕੌਰ ਦੂਜਾ ਸਥਾਨ ਹਾਸਲ ਕੀਤਾ। ਬੀਐਸਸੀ ਆਨਰਸ ਬਾਇਓ ਟੈਕਨੋਲੋਜੀ ਭਾਗ ਤੀਜਾ ਦੀ ਵਿਦਿਆਰਥਣ ਪੁਨੀਤ ਕੌਰ ਪਹਿਲਾ ਸਥਾਨ। ਗੁਰਲੀਨ ਕੌਰ ਬੀਐਸਸੀ ਬਾਇਓ ਟੈਕਨੋਲੋਜੀ ਆਨਰਸ ਪਹਿਲਾ ਸਥਾਨ। ਪਰਵਿੰਦਰ ਕੌਰ ਦੂਜਾ ਸਥਾਨ। ਪਰਵਿੰਦਰ ਕੌਰ ਦੂਜਾ ਸਥਾਨ। ਬੀਐਸਸੀ ਬਾਇਓ ਟੈਕਨੋਲੋਜੀ ਆਨਰਸ ਕਸ਼ਿਸ਼ ਪਹਿਲਾ ਸਥਾਨ ਹਾਸਲ ਕੀਤਾ। ਪੀਜੀਡੀਸੀਏ ਦੇ ਵਿਦਿਆਰਥਣ ਅਮਨਦੀਪ ਕੌਰ ਦੂਜਾ ਸਥਾਨ ਕਾਲਜ ਵਿੱਚ ਹਾਸਲ ਕੀਤਾ। ਬੀਸੀਏ ਭਾਗ ਤੀਜਾ ਦੇ ਵਿਦਿਆਰਥਣ ਸਿਮਰਨ ਕੌਰ ਪਹਿਲਾ ਸਥਾਨ। ਗੁਰਲੀਨ ਕੌਰ ਦੂਜਾ ਸਥਾਨ। ਗੁਰਲੀਨ ਕੌਰ ਦੂਜਾ ਸਥਾਨ ਹਾਸਲ ਕੀਤਾ। ਬੀਸੀਏ ਭਾਗ ਦੂਜਾ ਦੀ ਸਾਕਸ਼ੀ ਪਾਠਕ ਪਹਿਲਾ ਸਥਾਨ। ਬੀਸੀਏ ਭਾਗ ਦੂਜਾ ਦੀ ਹੀ ਵਿਦਿਆਰਥਣ ਗਗਨਪ੍ਰੀਤ ਦੂਜਾ ਸਥਾਨ। ਬੀਸੀਏ ਭਾਗ ਪਹਿਲਾ ਦੀ ਵਿਦਿਆਰਥਣ ਲਵਦੀਪ ਕੌਰ ਪਹਿਲਾ ਸਥਾਨ। ਅਮਨੀਤ ਕੌਰ ਦੂਜਾ ਸਥਾਨ ਹਾਸਲ ਕੀਤਾ। ਇਸ ਵਾਰ ਮੈਂ ਸਾਰੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਔਰ ਮੈਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਥੈਂਕ ਯੂ।
ਇੱਕ ਮਿੰਟ ਰਾਏ, ਇੱਕ ਮਿੰਟ। ਤੈਨੂੰ ਸਦਾ ਸਾਂਭੜੀ ਖਲੋਂਗੀ ਤੂੰ।
ਪੜ ਜਾਣਾ ਤੇਰੀ ਤਸਵੀਰ ਮੈਂ ਮੁੜ ਪੜ ਜਾਣਾ ਤੇਰੀ ਤਸਵੀਰ ਤੇਰੇ ਪਿਆਰ ਚ ਤਨ ਮਨ ਰੰਗਣਾ ਕਿ ਸੋਤਾ ਇੱਕੋ ਜਿਹਾ ਦਿਲ ਦੇਣਾ ਤੇ ਤਨ ਮੰਗਣਾ ਕਿ ਸੋਤਾ ਇੱਕੋ ਜਿਹਾ ਅਮਨਦੀਪ ਕੌਰ ਬੀ ਏ ਇਸ ਬੱਚੇ ਨੇ ਕਰਾਟੇ ਅਤੇ ਕਿੱਕ ਬਾਕਸਿੰਗ ਵਿੱਚ ਅੰਤਰ ਬਾਲਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਇੱਛਾ ਬੀ ਏ ਭਾਰਤੀ ਦਾ ਬੈਸਟ ਅਥਲੀਟ ਇਹ ਮੈਂ ਵੀ ਜਸ਼ਨ ਦੀ ਮਾਨਿਆ ਸੀ ਇਸ ਤਰ੍ਹਾਂ ਸਾਰੇ ਬੱਚਾ ਲਗਾਤਾਰ ਤਿੰਨ ਸਾਲ ਸਾਡੇ ਕਾਲਜ ਦਾ ਬੈਸਟ ਅਥਲੀਟ ਰਿਹਾ ਪੂਜਾ ਬੀ ਏ ਭਾਰਤੀ ਦਾ ਜਿਮਨਾਸਟਿਕ ਵਿੱਚ ਅੰਤਰ ਕਾਲਜ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਵਿੱਚ ਭਾਗ ਲਿਆ ਪੁਸ਼ਪਾ ਰਾਣੀ ਬੀ ਏ ਭਾਰਤੀ ਦਾ ਜਿਮਨਾਸਟਿਕ ਵਿੱਚ ਅੰਤਰ ਕਾਲਜ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਭਾਗ ਲਿਆ ਮੈਰਿਟ ਸਰਟੀਫਿਕੇਟ ਵਾਲੇ ਬੱਚੇ ਪੂਜਾ ਬੀ ਏ ਭਾਗ ਪਹਿਲਾ ਅਥਲੈਟਿਕਸ 3000 ਮੀਟਰ ਸਟਿਪਲ ਚੇਜ ਮੈਂ ਦੱਸਾਂਗੀ ਸਟਿਪਲ ਚੇਜ ਕੀ ਹੈ ਜਿਸ ਵਿੱਚ ਇੱਕ ਵੱਡੀ ਹਰਡਲ ਹੁੰਦੀ ਹੈ ਅਤੇ ਪਾਣੀ ਦੀ ਖਾਈ ਹੁੰਦੀ ਹੈ 400 ਮੀਟਰ ਟਰੈਕ ਦੇ 7.5 ਚੱਕਰ ਲਗਾਏ ਜਾਂਦੇ ਹਨ ਇਸ ਬੱਚੇ ਨੇ ਪਹਿਲਾ ਸਥਾਨ ਹਾਸਲ ਕੋਮਨਪ੍ਰੀਤ ਬੀ ਏ ਭਾਗ ਦੂਜਾ ਕਿੱਕ ਬਾਕਸਿੰਗ ਵਿੱਚ ਅੰਤਰ ਕਾਲਜ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਬੀ ਏ ਭਾਗ ਪਹਿਲਾ ਵੇਟ ਲਿਫਟਿੰਗ ਵਿੱਚ ਅੰਤਰ ਕਾਲਜ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ ਕਮਲਪ੍ਰੀਤ ਕੌਰ ਬੀ ਏ ਭਾਗ ਪਹਿਲਾ ਰੈਸਲਿੰਗ ਕੁਸ਼ਤੀਆਂ ਵਿੱਚ ਅੰਤਰ ਕਾਲਜ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੌਫਟਬਾਲ ਗੇਮ ਦੇ ਵਿੱਚ ਸਾਡੇ ਕਾਲਜ ਦੀ ਟੀਮ ਦੀਆਂ 15 ਖਿਡਾਰੀਆਂ ਨੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਤੀਜਾ ਸਥਾਨ ਹਾਸਲ ਕੀਤਾ ਪ੍ਰਭਜੋਤ ਕੌਰ ਬੀ ਏ ਭਾਗ ਪਹਿਲਾ ਰਿਤੂ ਬੀ ਏ ਭਾਗ ਪਹਿਲਾ ਨਕਿਤਾ ਬੀ ਏ ਭਾਗ ਦੂਜਾ ਰਣਦੀਪ ਕੌਰ ਬੀ ਏ ਭਾਗ ਦੂਜਾ ਪ੍ਰਤਿਭਾ ਬੀ ਏ ਭਾਗ ਦੂਜਾ ਹਰਸ਼ਪ੍ਰੀਤ ਕੌਰ ਬੀ ਏ ਭਾਗ ਪਹਿਲਾ ਸਰ ਇਹ ਸਾਰੇ ਬੱਚੇ ਸੌਫਟਬਾਲ ਗੇਮ ਦੇ ਇਸ਼ੂ ਕੌਰ ਬੀ ਏ ਭਾਗ ਪਹਿਲਾ ਗਗਨਦੀਪ ਕੌਰ ਬੀ ਏ ਭਾਗ ਪਹਿਲਾ ਪ੍ਰਿਯੰਕਾ ਰਾਣੀ ਬੀ ਏ ਭਾਗ ਪਹਿਲਾ ਜੈਸਮੀਨ ਬਾਲਮ ਬੀ ਏ ਭਾਗ ਪਹਿਲਾ ਏਕਤਾ ਕੌਸ਼ਲ ਬੱਚਿਓ ਤਾੜੀਆਂ ਕਿੱਥੇ ਗਈਆਂ ਏਕਤਾ ਕੌਸ਼ਲ ਬੀ ਏ ਭਾਗ ਪਹਿਲਾ ਸਨੇਹ ਕਤਾ ਬੀ ਏ ਭਾਗ ਪਹਿਲਾ ਐਚ ਹਨੀਸ਼ਾ ਬੀ ਏ ਭਾਗ ਪਹਿਲਾ ਬਸ
ਜੈਸਮੀਨ ਮਾਨ ਮੈਡਮ ਸਾਹਮਣੇ ਜੈਸਮੀਨ ਮਾਨ ਸ਼ਾਬਾਸ਼ ਬੇਟਾ ਏਕਤਾ ਕੌਸ਼ਲ ਸਨੇਹ ਲਤਾ ਐਚ ਹਨੀ ਸ਼ਾਹ ਬੀ ਏ ਪਾਰਕ ਪੈਸਾ ਜਸਪ੍ਰੀਤ ਕੌਰ ਬੀ ਏ ਪਾਰਕ ਪੈਸਾ ਇਸੇ ਤਰ੍ਹਾਂ ਸਰ ਵਾਲੀਬਾਲ ਗੇਮ ਦੇ ਵਿੱਚ ਕਾਲਜ ਦੀਆਂ ਲੜਕੀਆਂ ਨੇ ਅੰਤਰ ਕਾਲਜ ਮੁਕਾਬਲਿਆਂ ਵਿੱਚ ਤੀਸਰਾ ਸਥਾਨ ਹਾਸਲ ਕੀਤਾ ਪੂਜਾ ਬੀ ਏ ਪਾਰਕ ਪੀਜਾ ਤਰਨਦੀਪ ਕੌਰ ਬੀ ਏ ਪਾਰਕ ਦੂਜਾ ਮਨਪ੍ਰੀਤ ਕੌਰ ਬੀ ਏ ਪਾਰਕ ਤੀਜਾ ਉਪਿੰਦਰ ਕੌਰ ਬੀ ਏ ਪਾਰਕ ਤੀਜਾ ਰੁਪਿੰਦਰ ਕੌਰ ਬੀ ਏ ਪਾਰਕ ਤੀਜਾ ਰੁਪਿੰਦਰ ਕੌਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਕਾਲਜ ਕਰਨ ਲੈਣ ਵਾਲੀਆਂ ਵਿਦਿਆਰਥੀਆਂ ਬੀ ਏ ਪਾਰਕ ਤੀਜਾ ਫਾਈਨ ਆਰਟਸ ਦੀ ਮੰਜੂ ਜਿਸਨੇ ਦੋਨੋਂ ਯੂਨੀਵਰਸਿਟੀ ਨੇ ਕੋਲਾਜ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਬੀ ਏ ਪਾਰਕ ਤੀਜਾ ਅਨੀਸ਼ਾ ਰਾਏ ਜ਼ੋਨਲ ਅਤੇ ਅੰਤਰ ਜ਼ੋਨਲ ਯੂਥ ਫੈਸਟੀਵਲ ਵਿੱਚ ਮਾਈਨਸ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਬੀ ਏ ਪਾਰਕ ਤੀਜਾ ਉਸ਼ਾ ਰਾਣੀ ਜ਼ੋਨਲ ਅਤੇ ਅੰਤਰ ਜ਼ੋਨਲ ਯੂਥ ਫੈਸਟੀਵਲ ਵਿੱਚ ਮਾਈਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਐਮ ਏ ਪਾਰਕ ਦੂਜਾ ਸਲਮਾ ਬਾਨੂ ਜ਼ੋਨਲ ਅਤੇ ਅੰਤਰ ਜ਼ੋਨਲ ਯੂਥ ਫੈਸਟੀਵਲ ਵਿੱਚ ਮਾਈਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਇਹ ਬੱਚੇ ਕਾਲਜ ਕਲਰ ਦੇ ਸਨ ਮੈਰਿਟ ਸਰਟੀਫਿਕੇਟ ਅੰਤਰ ਜ਼ੋਨਲ ਯੂਥ ਫੈਸਟੀਵਲ ਮਾਈਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਬੀ ਏ ਪਾਰਕ ਪਹਿਲਾ ਰੀਨਾ ਮਾਈਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਬੀ ਏ ਪਾਰਕ ਪਹਿਲਾ ਖੁਸ਼ੀ ਜ਼ੋਨਲ ਅਤੇ ਅੰਤਰ ਜ਼ੋਨਲ ਯੂਥ ਫੈਸਟੀਵਲ ਮਾਈਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਮਿਊਜ਼ਿਕ ਵੋਕਲ ਦੀਆਂ ਲੜਕੀਆਂ ਸਰ ਮਿਊਜ਼ਿਕ ਵੋਕਲ ਦੇ ਬੱਚੇ ਸਾਡੇ ਕਾਲਜ ਦੀਆਂ ਬਹੁਤ ਅੱਛੀਆਂ ਕੋਇਲ ਦੀ ਤਰ੍ਹਾਂ ਸੁਰੀਲਾ ਗਾਉਂਦੀਆਂ ਹਨ ਜਿਨ੍ਹਾਂ ਵਿੱਚੋਂ ਬੀ ਏ ਪਾਰਕ ਦੂਜਾ ਮਿਊਜ਼ਿਕ ਦੀ ਵਿਦਿਆਰਥਣ ਰਿਤਮ ਜਿਸਨੇ ਲੋਕ ਗੀਤ ਵਿੱਚ ਪਹਿਲਾ ਸਥਾਨ ਗੀਤ ਗਜ਼ਲ ਵਿੱਚ ਪਹਿਲਾ ਸਥਾਨ ਕਵੀਸ਼ਰੀ ਵਿੱਚ ਦੂਜਾ ਸਥਾਨ ਯੋਨਲ ਯੂਥ ਫੈਸਟੀਵਲ ਵਿੱਚ ਹਾਸਲ ਕੀਤਾ ਹਾਂਜੀ ਰਾਏ ਦੁਰਗ ਐਮ ਏ ਪਾਰਕ ਦੂਜਾ ਮਿਊਜ਼ਿਕ ਦੀ ਵਿਦਿਆਰਥਣ ਹਰਸਿਮਰਨਜੀਤ ਕੌਰ ਕਵੀਸ਼ਰੀ ਵਿੱਚ ਦੂਜਾ ਸਥਾਨ ਜ਼ੋਨਲ ਯੂਥ ਫੈਸਟੀਵਲ ਵਿੱਚ ਪ੍ਰਾਪਤ ਕੀਤਾ ਬੀ ਏ ਪਾਰਕ ਦੂਜਾ ਮਿਊਜ਼ਿਕ ਦੀ ਬਬੀਤਾ ਕਵੀਸ਼ਰੀ ਵਿੱਚ ਦੂਜਾ ਸਥਾਨ ਜ਼ੋਨਲ ਯੂਥ ਫੈਸਟੀਵਲ ਵਿੱਚ ਹਾਸਲ ਕੀਤਾ
NSS ਦੇ ਬੱਚੇ ਸਰ ਸਾਡੇ ਬੱਚਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਇਹ ਪੂਰੇ ਕਾਲਜ ਦੀ ਸਵੱਛਤਾ ਦਾ ਧਿਆਨ ਰੱਖਦੇ ਹਨ ਇਹਨਾਂ ਵਿੱਚ ਮੈਰਿਟ ਸਰਟੀਫਿਕੇਟ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ BA ਭਾਗ ਤੀਜਾ ਪਰਨੀਤ ਕੌਰ ਬੈਸਟ ਵਲੰਟੀਅਰ ਆਫ ਯੂਨਿਟ 1 BA ਭਾਗ ਤੀਜਾ ਜਸਪ੍ਰੀਤ ਕੌਰ ਬੈਸਟ ਵਲੰਟੀਅਰ ਯੂਨਿਟ 2 BA ਭਾਗ ਤੀਜਾ ਦੀਕਸ਼ਾ ਸ਼ਰਮਾ ਬੈਸਟ ਵਲੰਟੀਅਰ ਆਫ ਯੂਨਿਟ 3 ਐਨ ਸੀ ਸੀ ਦੀਆਂ ਬੱਚੀਆਂ ਸਰ ਅਨੁਸ਼ਾਸਨ ਵਿੱਚ ਰਹਿ ਕੇ ਬਹੁਤ ਉੱਚੀਆਂ ਬੁਲੰਦੀਆਂ ਨੂੰ ਚੁਣਦੀਆਂ ਹੋਈਆਂ ਕਾਲਜ ਦਾ ਨਾਮ ਰੋਸ਼ਨ ਕਰਦੀਆਂ ਹਨ ਕਾਲਜ ਕਲਰ ਪ੍ਰਾਪਤ ਕਰਨ ਵਾਲੇ ਬੱਚੇ BA ਭਾਗ ਤੀਜਾ ਸੀਨੀਅਰ ਅੰਡਰ ਆਫਿਸਰ ਤਵੀਸ਼ਾ ਠਾਕੁਰ CBA PC 65 ਅਤੇ ਕੌਮੀ ਪੱਧਰ ਤੇ 3 ਕੈਂਪ ਲਗਾਏ ਸ਼ਾਬਾਸ਼ ਬੇਟਾ BA ਭਾਗ ਤੀਜਾ ਅੰਡਰ ਆਫਿਸਰ ਦੀਕਸ਼ਾ ਕੌਮੀ ਪੱਧਰ ਦੇ 2 ਕੈਂਪ ਲਗਾਏ ਆਰਮੀ ਅਟੈਚਮੈਂਟ ਕੈਂਪ BA ਭਾਗ ਤੀਜਾ ਅੰਡਰ ਆਫਿਸਰ ਨੈਨਾ ਬੈਸਟ ਸੀਨੀਅਰ ਐਟ ਆਰਮੀ ਅਟੈਚਮੈਂਟ ਕੈਂਪ ਕੌਮੀ ਪੱਧਰ ਦੇ 2 ਕੈਂਪ ਲਗਾਏ CBC 65 ਵਿੱਚ ਮਾਈਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਮੈਰਿਟ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਬੱਚੇ BA ਭਾਗ ਦੂਜਾ ਦੀ ਵਿਦਿਆਰਥਣ ਰਣਦੀਪ ਕੌਰ CBC 65 ਮਾਈਨ ਵਿੱਚ ਬਹੁਤ ਹੀ ਸਤਿਕਾਰਯੋਗ ਇਸ ਕਾਲਜ ਦੇ ਪ੍ਰਿੰਸੀਪਲ ਡਾਕਟਰ ਚਰਨਜੀਤ ਕੌਰ ਜੀ ਸਰਕਾਰੀ ਕਾਲਜ ਮਾਨਸਾ ਦੇ ਪ੍ਰਿੰਸੀਪਲ ਮੈਡਮ ਲਵਲੀਨ ਜੀ ਹੋਰ ਬਾਹਰੋਂ ਆਏ ਮਹਿਮਾਨ ਇਸ ਕਾਲਜ ਦੀ ਫੈਕਲਟੀ ਮੈਂਬਰ ਸਾਹਿਬਾਨ ਅਤੇ ਪਿਆਰੇ ਵਿਦਿਆਰਥੀ ਅੱਜ ਮੈਨੂੰ ਤੁਹਾਡੇ ਕਾਲਜ ਵਿੱਚ ਆ ਕੇ ਖਾਸ ਕਰਕੇ ਅਸੀਂ ਸੁਣੀਦਾ ਸੀ ਕਿ ਸਰਕਾਰੀ ਕਾਲਜ ਪਟਿਆਲਾ ਮਾਣਯੋਗ ਮੁੱਖ ਮੰਤਰੀ ਜੀ ਦਾ ਚਹੇਤਾ ਕਾਲਜ ਕਿਉਂ ਹੈ ਜਦੋਂ ਉਹਨਾਂ ਨੇ ਲੜਕੀਆਂ ਨਾਲ ਇੰਟਰੈਕਸ਼ਨ ਕਰਨੀ ਹੁੰਦੀ ਹੈ ਤੇ ਕਿਉਂ ਇੱਥੋਂ ਚੁਣਿਆ ਜਾਂਦਾ PM ਊਸ਼ਾ ਦੇ ਅੰਦਰ ਅਗਰ ਪੰਜਾਬ ਦਾ ਕੋਈ ਪਹਿਲਾ ਕਾਲਜ ਚੁਣਿਆ ਜਾਂਦਾ ਕੋਈ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਕਿਉਂ ਚੁਣਿਆ ਜਾਂਦਾ ਇਸ ਕਾਲਜ ਨੂੰ ਵਾਰ ਵਾਰ ਕਿਉਂ ਤਵੱਜੋ ਦਿੱਤੀ ਜਾਂਦੀ ਹੈ ਲੇਕਿਨ ਬਹੁਤ ਵੱਡੀ ਰਿਪੋਰਟ ਮੈਡਮ ਪ੍ਰਿੰਸੀਪਲ ਸਾਹਿਬਾਂ ਨੇ ਅੱਜ ਸਾਡੇ ਸਾਹਮਣੇ ਪੇਸ਼ ਕੀਤੀ ਅਸਲ ਦੇ ਵਿੱਚ ਮੈਂ ਬੜੀ ਤਸੱਲੀ ਦੇ ਨਾਲ ਕਹਿ ਸਕਦਾ ਕਿ ਇਹ ਕਾਲਜ ਸਾਡੀ ਪੰਜਾਬ ਦਾ ਲੜਕੀਆਂ ਦਾ ਸਭ ਤੋਂ ਸਿਰਮੌਰ ਕਾਲਜ ਕਿਹਾ ਜਾਂਦਾ ਅੱਜ ਬਹੁਤ ਸਾਰੇ ਇਨਾਮ ਤੁਹਾਨੂੰ ਦਿੱਤੇ ਗਏ ਬਹੁਤ ਸਾਰੀਆਂ ਵਿਦਿਆਰਥੀਆਂ ਨੂੰ 80% ਤੋਂ ਉੱਪਰ ਨੰਬਰ ਪ੍ਰਾਪਤ ਹੋਣ ਕਰਕੇ ਰੋਲ ਆਫ ਆਨਰ ਦਿੱਤਾ ਗਿਆ 70% ਤੋਂ ਵੱਧ ਪ੍ਰਾਪਤ ਅੰਕ ਵਾਲਿਆਂ ਨੂੰ ਕਾਲਜ ਕਲਰ ਪ੍ਰਦਾਨ ਕੀਤਾ ਗਿਆ NCC ਦੇ ਕੇਂਦਰ ਦੇ ਵਿੱਚ ਖੇਡਾਂ ਦੇ ਕੇਂਦਰ ਸੱਭਿਆਚਾਰਕ ਕੇਂਦਰ ਦੇ ਵਿੱਚ ਬਹੁਤ ਸਾਰੇ ਇਨਾਮ ਪ੍ਰਾਪਤ ਕੀਤੇ ਅੱਜ ਸਾਡੀਆਂ ਵਿਦਿਆਰਥੀਆਂ
ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਲੇਕਿਨ ਇਸ ਮੁਬਾਰਕਬਾਦ ਦਾ ਅਸਲ ਹੱਕਦਾਰ ਜੋ ਹੈ ਨਾ, ਉਹ ਸਭ ਤੋਂ ਪਹਿਲਾਂ ਤੁਹਾਡੇ ਪੇਰੈਂਟਸ, ਜਿਨ੍ਹਾਂ ਨੇ ਆਪਣੀ ਅਣਖ ਮਿਹਨਤ ਦੇ ਨਾਲ ਇਹ ਸੋਚਿਆ ਕਿ ਅਸੀਂ ਪੰਜਾਬ ਦੇ ਵਿੱਚ ਔਰ ਸਮਾਜ ਦੇ ਵਿੱਚ ਜੋ ਲੜਕੀਆਂ ਦਾ ਸਥਾਨ ਹੈ ਉਹ ਉੱਚਾ ਬਣਾਉਣਾ ਹੈ, ਔਰ ਉਸ ਸੋਚ ਨੂੰ ਲੈ ਕੇ ਤੁਹਾਨੂੰ ਕਾਲਜਾਂ ਸਕੂਲਾਂ ਦੇ ਵਿੱਚ ਪੜ੍ਹਾਇਆ। ਜੋ ਸਭ ਤੋਂ ਪਹਿਲਾਂ ਉਹਨਾਂ ਦੇ ਨਾਂ 'ਤੇ ਜ਼ੋਰਦਾਰ ਕਰ ਇਸ ਤਰ੍ਹਾਂ ਹੀ ਨਹੀਂ ਬੇਟੇ। ਹਾਂਜੀ ਸਾਹਿਬ, ਅੱਜ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੇ ਸਾਲਾਨਾ ਇਨਾਮ ਵੰਡ ਸਮਾਗਮ ਵਿੱਚ ਸ਼ਾਮਿਲ ਹੋ ਕੇ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ, ਕਿਉਂਕਿ ਇਹ ਕਾਲਜ ਜਿਹੜਾ ਹੈ ਇਹ ਪੰਜਾਬ ਦੀਆਂ ਲੜਕੀਆਂ ਦੇ ਵਿੱਦਿਅਕ ਖੇਤਰ ਦੇ ਵਿੱਚ ਬਹੁਤ ਹੀ ਨਾਮਵਰ ਕਾਲਜ ਹੈ, ਔਰ ਇਸ ਕਾਲਜ ਨੂੰ ਵਿਰਾਸਤੀ ਕਾਲਜ ਵੀ ਅਸੀਂ ਕਹਿ ਸਕਦੇ ਹਾਂ, ਕਿਉਂਕਿ ਜਿਹੜੀ ਇਹਦੀ ਇਮਾਰਤ ਹੈ ਉਸ ਨੂੰ ਪੰਜਾਬ ਦਾ ਕੋਈ ਹੋਰ ਕਾਲਜ ਜਿਹੜਾ ਉਹ ਮੈਚ ਨਹੀਂ ਕਰਦਾ, ਔਰ ਮੈਨੂੰ ਇਸ ਗੱਲ ਦੀ ਵੀ ਤਸੱਲੀ ਹੈ ਕਿ ਇਸ ਕਾਲਜ ਨੂੰ ਪੀਐਮ ਊਸ਼ਾ ਸਕੀਮ ਦੇ ਅਧੀਨ ਉਹ ਚੁਣਿਆ ਗਿਆ ਭਾਰਤ ਸਰਕਾਰ ਵੱਲੋਂ, ਔਰ ਪੰਜਾਬ ਸਰਕਾਰ ਵੀ ਸਮੇਂ ਸਮੇਂ 'ਤੇ ਉਪਰਾਲੇ ਕਰ ਰਹੀ ਹੈ ਕਿ ਇਸ ਕਾਲਜ ਨੂੰ ਹੋਰ ਵਿਕਸਿਤ ਕੀਤਾ ਜਾਏ, ਕਿਉਂਕਿ ਸਾਡੀ ਜਿਹੜੀ ਪ੍ਰਿਓਰਿਟੀ ਹੈ ਉਹ ਲੜਕੀਆਂ ਦੀ ਸਿੱਖਿਆ ਨੂੰ ਪ੍ਰਫੁੱਲਿਤ ਕਰਨਾ, ਕਿਉਂਕਿ ਜਦੋਂ ਲੜਕੀ ਪੜ੍ਹਦੀ ਹੈ ਤਾਂ ਪੂਰਾ ਪਰਿਵਾਰ ਹੀ ਪੜ੍ਹ ਜਾਂਦਾ, ਔਰ ਸਮਾਜ ਦੇ ਵਿੱਚ ਵੀ ਬਹੁਤ ਹੀ ਸਕਾਰਾਤਮਕ ਬਦਲਾਅ ਆਉਂਦੇ ਆ ਜੇਕਰ ਅਸੀਂ ਗਰਲਜ਼ ਐਜੂਕੇਸ਼ਨ ਦੇ ਉੱਤੇ ਫੋਕਸ ਕਰਦੇ ਹਾਂ। ਔਰ ਪਿਛਲੇ ਦਿਨ ਹੀ ਇਸ ਕਾਲਜ ਦੀ ਮੈਕ ਹੋਈ, ਔਰ ਇਸ ਕਾਲਜ ਦੇ ਸਾਰੇ ਸਟਾਫ ਨੇ ਸਾਡੇ ਪ੍ਰਿੰਸੀਪਲ ਸਾਹਿਬਾਂ ਬਾਬੂ ਚਰਨਜੀਤ ਕੌਰ ਜੀ, ਔਰ ਇਸ ਤੋਂ ਇਲਾਵਾ ਸਾਬਕਾ ਪ੍ਰਿੰਸੀਪਲ ਸਾਹਿਬਾਂ, ਉਹਨਾਂ ਦਾ ਸਾਥ ਲੈ ਕੇ ਔਰ ਪੂਰੇ ਸਟਾਫ ਦਾ ਸਾਥ ਲੈ ਕੇ ਇਹਨਾਂ ਨੇ ਬਹੁਤ ਵਧੀਆ ਕਾਰਗੁਜ਼ਾਰੀ ਦਿਖਾਈ ਹੈ, ਔਰ ਅਸੀਂ B++ ਗ੍ਰੇਡ ਜਿਹੜਾ ਉਹ ਹਾਸਿਲ ਕੀਤਾ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਤਾ ਕਿ ਖਾਮੀਆਂ ਕਿੱਥੇ ਹੈ, ਅਸੀਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ, ਔਰ ਇਸ ਕਾਲਜ ਦੇ ਵਿੱਚ ਖਾਸ ਕਰਕੇ ਲੜਕੀਆਂ ਦੀ ਵਿੱਦਿਆ ਨੂੰ ਹੋਰ ਵੀ ਉਤਸ਼ਾਹਿਤ ਕਰਨ ਵਾਸਤੇ ਜੋ ਵੀ ਉਪਰਾਲੇ ਕੀਤੇ ਜਾ ਸਕਣਗੇ ਅਸੀਂ ਇਹਦੀ ਰੂਪਰੇਖਾ ਉਲੇਖਾਂਗੇ, ਔਰ ਸਰਕਾਰ ਦੇ ਨਾਲ ਗੱਲਬਾਤ ਕਰਕੇ ਇਸ ਨੂੰ ਹੋਰ ਅੱਗੇ ਵਧਾਵਾਂਗੇ। ਅੱਜ ਜਿਹੜੇ ਵਿਦਿਆਰਥੀਆਂ ਨੇ ਇਨਾਮ ਪ੍ਰਾਪਤ ਕੀਤੇ ਆ, ਚਾਹੇ ਉਹ ਸੱਭਿਆਚਾਰਕ ਖੇਤਰ 'ਚ ਹੈ, ਵਿੱਦਿਅਕ ਖੇਤਰ 'ਚ ਹੈ, ਖੇਡਾਂ ਦੇ ਖੇਤਰ 'ਚ ਹੈ, ਜਾਂ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ NCC ਦੇ ਖੇਤਰ ਵਿੱਚ ਜੋ ਵੀ ਇਨਾਮ ਪਰਚੇ ਪ੍ਰਾਪਤ ਕੀਤੇ ਆ, ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਇਸ ਤੋਂ ਇਲਾਵਾ ਸਾਡੇ ਸਾਰੇ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਿਨ੍ਹਾਂ ਨੇ ਇਹਨਾਂ ਨੂੰ ਤਰਾਸ਼ ਕੇ ਇੱਕ ਹੀਰੇ ਦੇ ਰੂਪ ਦੇ ਵਿੱਚ, ਨਗ ਦੇ ਰੂਪ ਦੇ ਵਿੱਚ ਪੇਸ਼ ਕੀਤਾ। ਆਉਣ ਵਾਲੇ ਸਮੇਂ 'ਚ ਵੀ ਇਹ ਕਾਲਜ ਦਿਨ ਦੁਨੀ ਚਾਰ ਦੁਨੀ ਤਰੱਕੀ ਕਰੇ, ਔਰ ਸਾਡੀ ਇਹ ਆਸ ਵੀ ਹੈ, ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡਾ ਇਹ ਸਟਾਫ, ਇਸ ਕਾਲਜ ਦਾ ਸਾਰਾ ਟੀਚਿੰਗ ਨੋਨ ਟੀਚਿੰਗ ਸਟਾਫ ਸਾਰੇ ਬਹੁਤ ਮਿਹਨਤ ਕਰਦੇ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਪ੍ਰਾਪਤੀਆਂ ਕਰਾਂਗੇ। ਬਹੁਤ ਬਹੁਤ ਧੰਨਵਾਦ। ਅਗਲੇ 2-4 ਮਹੀਨਿਆਂ ਵਿੱਚ ਕਾਫੀ ਪੰਜਾਬ ਦੇ ਕੋਲਜ ਪ੍ਰਿੰਸੀਪਲ ਰਿਟਾਇਰ ਹੋ ਰਹੇ ਨੇ ਤੇ ਪੋਸਟਾਂ ਅੱਗੇ ਖਾਲੀ ਹੋ ਰਹੀ ਹੈ। ਇਸ ਵੇਲੇ ਰਾਜਨੀਤਿਕ ਸਵਾਲ ਹੈ ਸ਼ਾਇਦ, ਨਹੀਂ ਇਹ ਤਾਂ ਐਜੂਕੇਸ਼ਨ ਦਾ ਜੀ, ਪ੍ਰਿੰਸੀਪਲ ਰਿਟਾਇਰ ਹੋ ਰਹੇ ਨੇ, ਪ੍ਰਿੰਸੀਪਲ ਰਿਟਾਇਰ ਹੋ ਰਿਹਾ, ਸਰਕਾਰ ਇਹਦੇ ਬਾਰੇ ਕੋਸ਼ਿਸ਼ ਕਰ ਰਹੀ ਹੈ, EPSC ਵੱਲੋਂ ਟੈਸਟ ਲਿਆ ਜਾ ਚੁੱਕਾ, 16 ਨਵੇਂ ਪ੍ਰਿੰਸੀਪਲ ਜਿਹੜੇ ਆ ਉਹ
ਜਿੱਦਾਂ ਹੀ ਕੋਡ ਆਫ ਕੰਡਕਟ ਸਮਾਪਤ ਹੋਏਗਾ ਉਹਦੀ ਕਾਰਵਾਈ ਪੂਰੀ ਹੋ ਜਾਏਗੀ। ਅਧਿਆਪਕ ਵੀ ਰੱਖੇ ਜਾ ਰਹੇ ਨੇ, ਕੋਡ ਆਫ ਕੰਡਕਟ ਤੋਂ ਬਾਅਦ ਇਹ ਕਾਰਵਾਈ ਮੁਕੰਮਲ ਕਰ ਕਾਰਵਾਈ ਅਧੀਨ ਹੈ ਉਹ। ਉਹਦੇ ਬਾਰੇ ਇਨਕੁਆਇਰੀ ਕਮੇਟੀ ਦੀ ਰਿਪੋਰਟ ਜਿਹੜੀ ਹੈ ਉਹ ਆ ਜਾਏਗੀ, ਜਿਸ ਤਰ੍ਹਾਂ ਹੀ ਆਉਂਦੀ ਹੈ ਉਸ 'ਤੇ ਵਿਚਾਰ ਕੀਤਾ ਜਾਏਗਾ ਔਰ ਮਾਡਲ। ਮੇਰਾ ਨਾਮ ਚਰਨਜੀਤ ਕੌਰ, ਮੈਂ ਪ੍ਰਿੰਸੀਪਲ ਸਰਕਾਰੀ ਕਾਲਜ ਲੜਕੀਆਂ ਪਟਿਆਲਾ। ਅੱਜ ਸਾਡੇ ਕਾਲਜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਮਨਾਇਆ ਗਿਆ ਔਰ ਇਸ ਦੌਰਾਨ ਸਾਡੇ ਮੁੱਖ ਮਹਿਮਾਨ ਡਾਕਟਰ ਅਸ਼ਵਨੀ ਭੱਲਾ ਜੀ, ਡਿਪਟੀ ਡਾਇਰੈਕਟਰ ਹਾਇਰ ਐਜੂਕੇਸ਼ਨ, ਨੇ ਸ਼ਿਰਕਤ ਕੀਤੀ ਔਰ ਇਸ ਮੌਕੇ 'ਤੇ ਹੋਰ ਕਾਲਜ ਦੇ ਪ੍ਰੋਫੈਸਰ ਸਾਹਿਬਾਨ, ਪ੍ਰਿੰਸੀਪਲ ਸਾਹਿਬਾਨ ਅਤੇ ਪ੍ਰੋਫੈਸਰ ਸਾਹਿਬਾਨ ਵੀ ਸ਼ਿਰਕਤ ਹੋਏ ਔਰ ਇਸ ਸਮੇਂ ਤਕਰੀਬਨ 251 ਵਿਦਿਆਰਥੀਆਂ ਨੂੰ ਅਸੀਂ ਰੋਲ ਆਫ ਆਨਰ, ਕਾਲਜ ਕਲਰ ਅਤੇ ਮੈਰਿਟ ਸਰਟੀਫਿਕੇਟ ਵੰਡੇ ਗਏ। ਬਾਕੀ ਸਾਡੇ ਰੰਗਾਰੰਗ ਪ੍ਰੋਗਰਾਮ ਮਿਊਜ਼ਿਕ ਡਿਪਾਰਟਮੈਂਟ, ਡਾਂਸ ਡਿਪਾਰਟਮੈਂਟ ਵੱਲੋਂ ਵੀ ਪੇਸ਼ ਕੀਤਾ ਗਿਆ। ਡਾਕਟਰ ਅਸ਼ਵਨੀ ਭੱਲਾ ਜੀ ਨੇ ਬੱਚਿਆਂ ਨੂੰ ਬਹੁਤ ਵਧੀਆ ਦੱਸਿਆ ਕਿ ਸਾਨੂੰ ਜਿਹੜੀ ਕਿਤਾਬਾਂ ਦੇ ਨਾਲ ਦੋਸਤੀ ਕਰਨੀ ਚਾਹੀਦੀ ਹੈ ਔਰ ਇਹਦੇ ਨਾਲ ਹੀ ਜਿਹੜਾ ਜਨਰੇਸ਼ਨ ਗੈਪ ਹੈਗਾ ਉਹ ਭਰਿਆ ਜਾ ਸਕਦਾ, ਫਿਲ ਕੀਤਾ ਜਾ ਸਕਦਾ। ਤਾਂ ਇਹ ਬਾਕੀ ਸਾਡੇ ਰਜਿਸਟਰਾਰ ਮੈਡਮ ਸਿਕੰਦਰ, ਮੈਡਮ ਗੁਰਵੀਨ, ਸਾਡੇ ਵਾਈਸ ਪ੍ਰਿੰਸੀਪਲ ਅਤੇ ਹੋਰ ਸਾਰੇ ਪ੍ਰੋਫੈਸਰ ਸਾਹਿਬਾਨ ਨੇ ਇਸ ਪ੍ਰੋਗਰਾਮ ਨੂੰ ਬਹੁਤ ਸਫਲ ਬਣਾਇਆ। ਬਹੁਤ ਧੰਨਵਾਦ। ਮੈਨੂੰ ਇਹ ਦੱਸਦੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈਗਾ ਕਿ ਇਸ ਵਾਰ ਸਾਡੀ ਜਿਹੜੀ ਨੈਕ ਅਗਰੈਂਟੇਸ਼ਨ ਕਾਲਜ ਦੀ ਹੋਈ ਉਹਦੇ ਵਿੱਚ ਸਾਡਾ B++ ਗ੍ਰੇਡ ਆਇਆ ਹੈਗਾ ਔਰ ਇਹ ਸਾਰੇ ਮੇਰੇ ਕਾਲਜ ਦੇ ਜਿਹੜਾ ਸਟਾਫ ਹੈਗਾ ਉਹਨਾਂ ਦੀ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਇਹ ਗ੍ਰੇਡ ਹਾਸਿਲ ਹੋਇਆ ਹੈਗਾ ਔਰ ਇਸ ਦੇ ਨਾਲ ਹੀ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਕਾਲਜ ਨੂੰ PM ਊਸ਼ਾ ਦੀ ਗ੍ਰਾਂਟ ਜਿਹੜੀ ਹੈ ਉਹ ਵੀ ਸੈਂਟਰ ਵੱਲੋਂ ਸਾਨੂੰ ਦਿੱਤੀ ਗਈ ਹੈਗੀ, ਜਿਹਦੇ ਵਿੱਚ ਸਾਨੂੰ 5 ਕਰੋੜ ਰੁਪਈਆ ਕਾਲਜ ਨੂੰ ਆ ਗਿਆ ਔਰ ਇਸ ਗ੍ਰਾਂਟ ਦੇ ਅਧੀਨ ਕਾਲਜ ਦੇ ਵਿੱਚ ਹੋਰ ਨਿਖਾਰ ਜਿਹੜੀ ਹੈ ਉਹ ਦੇਖਣ ਵਿੱਚ ਆਉਂਦੀ ਕੁਝ ਸਾਲਾਂ ਦੇ ਵਿੱਚ। ਮੈਡਮ ਹੋਰ ਨਏ ਕੋਰਸ ਕੋਈ ਸ਼ੁਰੂ ਹੋ ਰਿਹਾ ਅਗਲੇ ਆਉਣ ਵਾਲੇ ਸੈਸ਼ਨ 'ਚ? ਹਾਂਜੀ, ਆਉਣ ਵਾਲੇ ਸੈਸ਼ਨ ਦੇ ਵਿੱਚ ਸਾਨੂੰ 5 ਕੋਰਸਿਸ ਜਿਹੜੇ ਹੈਗੇ ਆ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ ਉਹ 4 ਸਾਲਾਂ ਕੋਰਸ ਨੇ ਔਰ ਉਹਦੇ ਵਿੱਚ ਸਾਨੂੰ ਉਮੀਦ ਹੈ ਸਕਿੱਲ ਬੇਸਡ ਕੋਰਸਿਸ ਨੇ ਸਾਰੇ ਔਰ ਜੇ ਵਧੀਆ ਐਡਮਿਸ਼ਨ ਹੋਈ ਔਰ ਇਹ ਕੋਰਸਿਸ ਬਹੁਤ ਵਧੀਆ ਚੱਲਣਗੇ ਔਰ ਅਸੀਂ ਕੋਸ਼ਿਸ਼ 'ਤੇ ਲੱਗੇ ਹੋਏ ਹਾਂ। ਐਫੀਲੀਏਸ਼ਨ ਲਈ ਅਸੀਂ ਯੂਨੀਵਰਸਿਟੀ ਨੂੰ ਕੋਰਸਿਸ ਭੇਜੇ ਹੋਏ ਆ, ਡੈਫੀਨੇਟਲੀ ਇਸ ਸੈਸ਼ਨ ਤੋਂ ਅਸੀਂ ਸਟਾਰਟ ਕਰ ਲਵਾਂਗੇ। ਮੈਨੂੰ ਜਿਹੜੀ 5 ਕਰੋੜ ਦੀ ਗ੍ਰਾਂਟ ਆਈ ਹੈ, ਇੱਕ ਜਿਵੇਂ ਹਾਈ ਟੈਕ ਅੱਗੇ 2020 ਐਜੂਕੇਸ਼ਨ ਪੋਲਿਸੀ ਲਾਗੂ ਹੋ ਰਹੀ ਹੈ ਨਾ, ਅਤੇ ਉਹ ਹਾਈ ਟੈਕ ਕਿਸ ਤਰ੍ਹਾਂ ਬਦਲਾਅ ਕੀਤਾ ਜਾਏਗਾ ਕੋਲਜ? ਦੇਖੋ ਇਹ ਜਿਹੜੀ ਗ੍ਰਾਂਟ ਹੈਗੀ ਹੈ ਇਹਦੇ ਵਿੱਚ ਕਾਫੀ ਪ੍ਰਪੋਜ਼ਲਸ ਨੇ, ਇਹਦੇ ਵਿੱਚ ਨਿਊ ਕੰਸਟਰਕਸ਼ਨ ਵੀ ਹੈਗੀ ਹੈ, ਇਹਦੇ ਵਿੱਚ ਸਾਡੇ ਨਵੀਆਂ ਲੈਬਸ, ਨਵੀਆਂ ਕਲਾਸਰੂਮਸ, ਸਟਾਫ ਰੂਮ ਅਤੇ ਹੋਰ ਕਾਫੀ ਪ੍ਰਪੋਜ਼ਲਸ ਹੈਗੇ ਹੈ। ਇਸ ਤੋਂ ਇਲਾਵਾ ਅਸੀਂ ਇਹਦੇ ਵਿੱਚ ਬਹੁਤ ਸਾਰਾ ਇਕੁਇਪਮੈਂਟ ਜਿਹੜਾ ਹੈ ਉਹ ਵੀ ਮੰਗਵਾ ਰਹੇ ਹਾਂ, ਸੋ ਇਸ ਕਰਕੇ ਬਹੁਤ ਲੰਬੀ ਚੌੜੀ ਪ੍ਰਪੋਜ਼ਲ ਹੈਗੀ ਹੈ ਔਰ ਟਾਈਮ ਵੀ ਲੱਗੂਗਾ, ਆਉਣ ਵਾਲੇ 4-5 ਸਾਲਾਂ ਦੇ ਵਿੱਚ ਹੀ ਇਹ ਪ੍ਰੋਜੈਕਟ ਪੂਰਾ ਹੋਵੇਗਾ। ਸਪੋਰਟਸ ਗਰਾਊਂਡ ਹੁੰਦਾ ਸੀ ਉਹ ਹੁਣ ਇੱਕ ਬੀੜ ਦੀ ਤਰ੍ਹਾਂ, ਫੋਰੈਸਟ ਦੀ ਤਰ੍ਹਾਂ ਬਦਲ ਚੁੱਕੇ, ਉਹਨੂੰ ਕਿਵੇਂ ਚੇਂਜ ਕੀਤਾ ਜਾ ਸਕਦਾ? ਦੇਖੋ ਬੱਚੇ ਜਿਹੜੇ ਹੈਗੇ ਆ ਅਸੀਂ ਤਾਂ ਤੁਹਾਨੂੰ ਕਹਿੰਦੇ ਵੀ ਖੇਲੋ, ਅਸੀਂ ਤਾਂ ਕੋਸ਼ਿਸ਼ ਕਰ ਰਹੇ ਸਾਰੇ ਗਰਾਊਂਡਸ ਨੂੰ ਅਸੀਂ ਦੁਬਾਰਾ ਫਿਰ ਰਿਵਾਈਵ ਕੀਤਾ ਔਰ ਬੱਚੇ ਜਿਹੜੇ ਹੈਗੇ ਆ ਹੁਣ ਉੱਥੇ ਟਰੈਕ ਹੈਗਾ ਸਾਡੇ ਕੋਲ, ਅਸੀਂ ਦੁਬਾਰਾ ਫਿਰ ਉਹਨੂੰ ਰੈਨੋਵੇਟ ਕਰ ਲਿਆ ਅਤੇ ਹੁਣ ਜਿੱਦਾਂ ਬੱਚੇ ਦਾ ਯੂਜ ਕਰਨਗੇ ਉਨੀ ਮੇਨਟੇਨੈਂਸ ਜਿਹੜੀ ਹੈ ਉਹ ਹੁੰਦੀ ਰਹੇਗੀ। ਬਾਕੀ ਸਾਡੇ ਹੋਰ ਵੀ ਗਰਾਊਂਡਸ ਹੈਗੇ ਨੇ, ਬੈਡਮਿੰਟਨ ਹਾਲ ਸਾਡੇ ਕੋਲ ਨਵਾਂ ਰੈਨੋਵੇਟ ਕਰ ਲਿਆ ਸੀ ਅਤੇ ਬਾਕੀ ਵਾਲੀਬਾਲ ਗਰਾਊਂਡ, ਬਾਸਕਿਟਬਾਲ ਗਰਾਊਂਡ, ਖੋ ਖੋ ਗਰਾਊਂਡ ਇਹ ਔਰ ਸਾਰੇ ਬੱਚੇ ਸ਼ਾਮ ਨੂੰ ਸਾਡੇ ਹੋਸਟਲ ਦੇ ਬੱਚੇ ਸਾਰੇ ਖੇਡਦੇ ਆ ਇੱਥੇ।